ਕਮ ਪੈਸਾ ਤੇ ਕਾਮਯਾਬੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਅੱਜ ਦੇ ਮਾਹੌਲ ਦੇ ਵਿੱਚ ਤਾਂ ਹੈ ਹੀ ਨੇ ਇਹਨਾਂ ਚੀਜ਼ਾਂ ਕਰਕੇ ਆਪਾਂ ਲਿਸਟ ਚੋਂ ਇੱਕ ਇਹੋ ਜੀ ਚੀਜ਼ ਨੂੰ ਕੱਢ ਦਿੰਨੇ ਆ ਜਿਹੜੀ ਇਹਨਾਂ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ ਉਹ ਹੈ ਸਿਹਤ ਜਦੋਂ ਸਿਹਤ ਨਹੀਂ ਚੰਗੀ ਫਿਰ ਕਿੱਥੇ ਸਾਰਾ ਕੁਝ ਵਧੀਆ ਲੱਗਦਾ ਪਰ ਵੱਡੀਆਂ ਗੱਡੀਆਂ ਦੀ ਵੱਡੇ ਬ੍ਰਾਂਡਾਂ ਦੀ ਵੱਡੇ ਘਰਾਂ ਦੀ ਪ੍ਰਾਪਰਟੀ ਦੇ ਰਾਠ ਬੰਨ ਦੀ ਜਿਹੜੀ ਅਟਰੈਕਸ਼ਨ ਹੈ ਉਹ ਇੰਨੀ ਮੈਗਨੇਟਿਕ ਹੈ ਉਹ ਤੁਹਾਨੂੰ ਇੰਨਾ ਖਿੱਚ ਕੇ ਲੈ ਜਾਂਦੀ ਆਪਦੇ ਕਿੰਨੀ ਵੀ ਆਪਣੇ ਆਪ ਹੀ ਨਾ ਸਿਹਤ ਤੁਹਾਡੀ ਲਿਸਟ ਦੇ ਵਿੱਚ ਚੌਥੇ ਪੰਜਵੇਂ ਛੇਵੇਂ 10ਵੇਂ ਦਰਜੇ ਤੇ ਪਹੁੰਚ ਜਾਂਦੀ ਹੈ ਪਰ ਕੀ ਇਹ ਸਹੀ ਹੈ ਤੁਸੀਂ ਆਪ ਸੋਚੋ ਵੀ ਕੀ ਸਾਰੇ ਜਿਹੜੇ ਪੈਸੇ ਇਕੱਠੇ ਕਰ ਰਹੇ ਨੇ ਸਾਰਾ ਜਿਹੜਾ ਪੈਸਾ ਇਕੱਠਾ ਕਰਿਆ ਜੋ ਵੀ ਬਣਾਇਆ ਉਹ ਆਪ ਦਾ ਬਾਅਦ ਦੇ ਵਿੱਚੋਂ ਜਾ ਕੇ ਤੁਸੀਂ ਹਸਪਤਾਲਾਂ ਦੇ ਵਿੱਚ ਹੀ ਵੇਸਟ ਕਰਨਾ ਉਹ ਤੁਸੀਂ ਬਾਅਦ ਚੋਂ ਇੱਕ ਮੰਜੇ ਤੇ ਬੈਠ ਕੇ ਟੀਵੀ ਦੇਖ ਕੇ ਲਗਾਉਣਾ ਕਿਉਂਕਿ ਹੁਣ ਗੋਡਿਆਂ ਦਾ ਤੁਰਨਾ ਹੀ ਹੁੰਦਾ ਹੁਣ ਭਾਰ ਇੰਨਾ ਵੱਧ ਗਿਆ ਹੁਣ ਫਲਾਨੀ-ਉਪਟੇਮਕੀਆਂ ਬਿਮਾਰੀਆਂ ਲੱਗੀਆਂ ਵੀ ਸਾਰਾ ਕੁਝ ਹੋ ਗਿਆ ਹਣਾ ਇਹ ਨਾਲ ਨਾਲ ਇੱਕ ਹੋਰ ਬਹੁਤ ਇੰਟਰਸਟਿੰਗ ਚੀਜ਼ ਹੈ ਕਿ ਵੀ ਇਹ ਜਦੋਂ ਸਾਰਾ ਕੁਝ ਆਪਾਂ ਕਰਦੇ ਆਂਗੇ ਨਾ ਇਹ ਆਪਾਂ ਨੂੰ ਮਾਨਸਿਕ ਤੌਰ ਤੇ ਫਿਰ ਬਹੁਤ ਜ਼ਿਆਦਾ ਇੰਪੈਕਟ ਕਰਦਾ ਤਾਂ ਜ਼ਿੰਦਗੀ ਦੇ ਵਿੱਚ ਬੈਲੈਂਸ ਹੋਣਾ ਮਾਨਸਿਕ ਫਿਜ਼ੀਕਲ ਬੈਲੈਂਸ ਮਾਨਸਿਕ ਬੈਲੈਂਸ ਤੇ ਧਨ ਪਦਾਰਥ ਦਾ ਬੈਲੈਂਸ ਹੈ ਜਿਹੜਾ ਉਹ ਬਹੁਤ ਜ਼ਰੂਰੀ ਹੈ ਆਪਾਂ ਨਾਰਮਲੀ ਜਿਹੜੀਆਂ ਗੱਲਾਂ ਕਰਦੇ ਹੁੰਦੇ ਆ ਉਹ ਦਵਾਈ ਪ੍ਰਤੀ ਕਰਦੇ ਹੁੰਦੇ ਆ ਜਾਂ ਜਿਵੇਂ ਡਿਪਰੈਸ਼ਨ ਦੇ ਹਿਸਾਬ ਨਾਲ ਵੀ ਆਪਾਂ ਕਾਫੀ ਵੀਡੀਓਜ਼ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਗੱਲਾਂ ਕਰਦੇ ਆਂਗੇ ਅੱਜ ਆਪਾਂ ਇੱਕ ਡਿਫਰੈਂਟ ਚੀਜ਼ ਬਾਰੇ ਗੱਲ ਕਰਨ ਜਾ ਰਹੇ ਹਾਂ ਅੱਜ ਆਪਾਂ ਭੋਜਨ ਬਾਰੇ ਗੱਲ ਕਰਨ ਜਾ ਰਹੇ ਹਾਂ ਖਾਣੇ ਬਾਰੇ ਵੀ ਕਿਹੜਾ ਖਾਣਾ ਹੈ ਕਿਉਂਕਿ ਜਦੋਂ ਆਪਾਂ ਬਿਜ਼ੀ ਲਾਈਫ ਆ ਜਦੋਂ ਆਪਾਂ ਪੈਸੇ ਕਮਾਉਣ ਚ ਲੱਗੇ ਹੋਏ ਨਾ ਜਦੋਂ ਆਪਾਂ ਸਾਰਾ ਦਿਨ ਆਪਣੇ ਕੋਲ ਟਾਈਮ ਨਹੀਂ ਹੈਗਾ ਸਿਹਤ ਨੂੰ ਦੇਣ ਦਾ ਉਦੋਂ ਆਪਣੇ ਖਾਣ ਪੀਣ ਦੇ ਵਿੱਚ ਸਭ ਤੋਂ ਪਹਿਲਾਂ ਆਪਣੀ ਅਣਗਹਿਲੀ ਆਉਂਦੀ ਹੈ ਤੇ ਖਾਣ ਪੀਣ ਦੇਣ ਗਹਿਲੀ ਨਾਲ ਫਿਜ਼ੀਕਲ ਸਿਹਤ ਤਾਂ ਖਰਾਬ ਹੁੰਦੀ ਹੀ ਹੁੰਦੀ ਹੈ ਪਰ ਸਾਇੰਸ ਇਹ ਵੀ ਦੱਸ ਰਹੀ ਹੈ ਰਿਸਰਚ ਇਹ ਵੀ ਦੱਸ ਰਹੀ ਹੈ ਵੀ ਉਹਦੇ ਨਾਲ ਤੁਹਾਡੇ ਦਿਮਾਗ ਤੇ ਵੀ ਅਸਰ ਪੈ ਰਿਹਾ ਹੈ ਤੁਸੀਂ ਡਿਪਰੈਸ਼ਨ ਵੱਲ ਨੂੰ ਵੀ ਜਾ ਰਹੇ ਹੋ ਤਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੀ ਕਹਣਾ ਚਾਹੁੰਦਾ ਸੀ ਵੀ ਤੁਹਾਡੇ ਡੇਲੀ ਲਾਈਫ ਵਾਲੇ ਖਾਣੇ ਮੈਂ ਦੱਸ ਰਿਹਾ ਨਾ ਕਿ ਜਿਹੜਾ ਤੁਸੀਂ ਕਦੇ-ਕਦੇ ਜਾ ਕੇ ਸਾਧੂ ਰਾਮ ਦੀਆਂ ਕਚੌਰੀਆਂ ਖਾਇਆ ਉਹ ਨਹੀਂ ਜੋ ਤੁਹਾਡਾ ਰੋਜ਼ ਦਾ ਕੰਮ ਹੈ ਵੀ ਰੋਜ਼-ਰੋਜ਼ ਦੇ ਖਾਣੇ ਦੇ ਵਿੱਚ ਤੁਸੀਂ ਕੀ ਪੰਗਾ ਪਾ ਰਹੇ ਹੋ ਤੇ ਉਹ ਕਿਵੇਂ ਤੁਹਾਨੂੰ ਡਿਪਰੈਸ਼ਨ ਵੱਲ ਨੂੰ ਲੈ ਕੇ ਜਾ ਰਿਹਾ ਹੈ ਸਿਆਣਿਆਂ ਨੇ ਕਿਹਾ ਹੈ ਇਲਾਜ ਨਾਲੋਂ ਪਰਹੇਜ਼ ਚੰਗਾ ਇਹ ਦੇ ਕਹਿਣ ਦਾ ਕਾਰਨ ਇਹੀ ਹੈ ਵੀ ਪਹਿਲੇ ਹੀ ਮੜਾ ਜਾ ਢਿੱਡ ਬੰਨ ਲਓ ਤੇ ਮੂੰਹ ਬੰਨ ਲਓ ਬਾਅਦ ਚ ਸੋਖੇ ਰਹੋਗੇ ਜੇ ਮੈਂ ਅੰਗਰੇਜ਼ ਖਰਚੇ ਖਾਤਰ ਕਹਿੰਦੇ ਆ ਵੀ ਚਾਦਰ ਦੇਖ ਕੇ ਪੈਰ ਪਸਾਰੋ ਮੇਰਾ ਹਿਸਾਬ ਇਹੀ ਹੈ ਵੀ ਖਾਣਾ ਦੇਖ ਕੇ ਲਾਲਾਂ ਨਾ ਸਿੱਟੋ ਮੈਂ ਉਹਨੂੰ ਇਸ ਤਰੀਕੇ ਨਾਲ ਹੀ ਅੰਦਰ ਨੂੰ ਲੈ ਕੇ ਆ ਸਕਦਾ ਤਾਂ ਸਭ ਤੋਂ ਵੱਧ ਲਾਲਾਂ ਆਪਣੀਆਂ ਜਿਹੜੀਆਂ ਡਿਗਦੀਆਂ ਨੇ ਉਹ ਡਿਗਦੀਆਂ ਨੇ ਫਾਸਟ ਫੂਡ ਤੇ ਫਾਸਟ ਫੂਡ ਆ ਜਿਹੜਾ ਉਹ ਬਹੁਤ ਹੀ ਭਿਆਨਕ ਹੈ ਆਪਣੇ ਸਰੀਰ ਲਈ ਵੀ ਤੇ ਆਪਣੇ ਦਿਮਾਗ ਲਈ ਵੀ ਪਰ ਆਪਾਂ ਪੂਰਾ ਖਿੱਚ ਕੇ ਖਾਣੇ ਆ ਜੀ ਸਾਰੇ ਜਾਣੇ ਖਾਣੇ ਆ ਹਨਾ ਤੇ ਉਥੋਂ ਹੀ ਜ਼ਿਆਦਾ ਪੰਗਾ ਪੈਂਦਾ ਤੇ ਕਈ ਲੋਕ ਨੇ ਜਿਹੜੇ ਉਹ ਰੋਜ਼-ਰੋਜ਼ ਵੀ ਟੇਕ ਅਵੇ ਰੋਜ਼-ਰੋਜ਼ ਵੀ ਡਿਲੀਵਰੀ ਉਹਨਾਂ ਦੇ ਘਰੇ ਆਉਂਦੀਆਂ ਨੇ ਜਾਂ ਰੋਜ਼-ਰੋਜ਼ ਵੀ ਮੈਕਡੋਨਲਡ ਬਰਗਰ ਇਹ ਸਾਰੀਆਂ ਚੀਜ਼ਾਂ ਨੂੰ ਰੋਜ਼-ਰੋਜ਼ ਖਾਂਦੇ ਨੇ ਉਹ ਜਿਹੜਾ ਫਾਸਟ ਫੂਡ ਹੈ ਇਹਦੇ ਬਾਰੇ ਮੈਂ ਥੋੜਾ ਜਿਹਾ ਇੱਥੇ ਨੋਟਸ ਬਣਾਏ ਨੇ ਮੋਂ ਤੁਹਾਨੂੰ ਪੜ੍ਹ ਕੇ ਦੱਸ ਦਾਂ ਵੀ ਫਾਸਟ ਫੂਡ ਦੇ ਵਿੱਚ ਚੀਜ਼ ਕੀ ਹੈ ਫਾਸਟ ਫੂਡ ਸਭ ਤੋਂ ਪਹਿਲੀ ਗੱਲ ਹੈ ਵੀ ਇਹ ਸਸਤਾ ਹੈ ਤੇ ਆਮ ਹੀ ਮਿਲ ਰਿਹਾ ਹੈ ਜਿੱਥੇ ਮਰਜ਼ੀ ਲੈ ਲਓ ਜੇ ਬਾਹਰਲੇ ਮੁਲਖਾਂ ਇਸ ਵੀ ਹੈ ਉੱਥੇ ਵੀ ਤੁਸੀਂ ਤੁਹਾਨੂੰ ਰੈਡੀ ਵਾਲਾ ਬਰਗਰ ਪਹਿਲਾਂ ਫੜਾਉਂਦਾ ਜੇ ਤੁਸੀਂ ਉਹਨੂੰ ਜਾ ਕੇ ਕਿਤੇ ਦਾਲ ਸਬਜ਼ੀ ਲੈਣੀ ਹੈ ਉਹ ਤੁਹਾਨੂੰ ਸੱਜ ਭਾਵੇਂ ਮਾੜੀ ਜੀ ਔਖੀ ਮਿਲੇਗਾ ਹਨਾ ਤਾਂ ਤੁਸੀਂ ਦੇਖ ਲਓ ਵੀ ਇੱਕ ਸ਼ਹਿਰ 'ਚ ਹੀ ਲਾ ਲਓ ਵੀ ਰੇੜੀਆਂ ਜ਼ਿਆਦਾ ਕੁਲਚੇ ਤੇ 버ਗਰਾਂ ਦੇ ਹੋਣਗੇ ਜਾਂ ਦਾਲ ਸਬਜ਼ੀ ਲੈਣੀ ਹੋਣਗੇ ਉਥੇ ਹੀ ਤੁਹਾਨੂੰ ਫਰਕ ਪਤਾ ਲੱਗ ਜਾਊਗਾ ਹੁਣ ਇਹ ਬਣਦਾ ਸਾਰਾ ਫੈਟ ਦੇ ਵਿੱਚ ਆ ਫਾਸਟ ਫੂਡ ਆ ਜਿਹੜਾ ਇਹਨੂੰ ਟ੍ਰਾਂਸ ਫੈਟ ਜਾਂ ਰਿਫਾਈਨਡ ਕਾਰਬੋਹਾਈਡਰੇਟ ਹਨਾ ਸੋਡੀਅਮ ਚੀਨੀ ਵਰਗੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਐਕਸੈਸ ਯੂਜ਼ ਇਹਨਾਂ ਦੇ ਵਿੱਚ ਹੁੰਦੀ ਹੈ ਜਿਹੜੀ ਆਪਾਂ ਕੈਚਅਪ ਖੁਚਅਪ ਖਾਂਦੇ ਆ ਉਹਦੇ ਵਿੱਚ ਵੀ ਬਹੁਤ ਨੈਕਸਟ ਲੈਵਲ ਤੱਕ ਸ਼ੂਗਰ ਤੇ ਸੌਲਟ ਇਹਦੇ ਨਾਲ ਕੀ ਹੈ ਵੀ ਜਦੋਂ ਤੁਸੀਂ ਇਹ ਚੀਜ਼ਾਂ ਜ਼ਿਆਦਾ-ਜ਼ਿਆਦਾ ਖਾ ਰਹੇ ਹੋ ਵੀ ਰਿਫਾਈਨਡ ਕਾਰਬੋਹਾਈਡਰੇਟ ਖਾ ਰਹੇ ਹੋ ਸੋਡੀਅਮ ਜ਼ਿਆਦਾ ਲੈ ਰਹੇ ਹੋ ਬਾਦੂ ਤੋਂ ਬਾਦੂ 슈ਗਰ ਤੁਹਾਡੇ ਅੰਦਰ ਜਾ ਰਹੀ ਆ ਟਰਾਂਸ ਫੈਟਸ ਨੇ ਹੈਨਾ ਤਾਂ ਇਹਦੇ ਨਾਲ ਕੀ ਹੋ ਰਿਹਾ ਹੈ ਇਹਦੇ ਨਾਲ ਤੁਹਾਡਾ ਡਿਪਰੈਸ਼ਨ ਦਾ ਜਿਹੜਾ ਰਿਸਕ ਹੈ ਉਹ ਅਰਾਊਂਡ ਅਬਾਊਟ ਸਾਇੰਸ ਦੇ ਹਿਸਾਬ ਨਾਲ 30 40% ਵੱਧ ਜਾਂਦਾ ਮਤਲਬ ਜੇ ਤੁਹਾਡੇ ਦੋ ਜਣਾ ਚੋਂ ਇੱਕ ਨੂੰ ਹੋਣ ਦਾ ਚਾਂਸ ਹੈ ਜੇ ਤੁਸੀਂ ਦੋਨਾਂ ਦਬ ਕੇ ਛਕ ਰਹੇ ਦੂਜੇ ਨੂੰ ਵੀ ਹੋ ਗਿਆ ਹਮਦੋ ਹੈਨਾ ਜੇ ਰੈਸਟੋਰੈਂਟ ਤੇ ਜਾਣਾ ਵੀ ਪੈ ਜਾਏ ਕਿਸੇ ਕਿਸੇ ਕਾਰਨ ਕਰਕੇ ਤਾਂ ਕੋਸ਼ਿਸ਼ ਕਰਿਆ ਕਰੋ ਉੱਥੇ ਗ੍ਰਿਲਡ ਖਾਣਾ ਖਾਓ ਜਿਹੜਾ ਗ੍ਰਿਲ ਦਾ ਖਾਣਾ ਨਾ ਉਹ ਜ਼ਿਆਦਾ ਬੈਟਰ ਹੈ ਤਾਂ ਜੋ ਕੋਈ ਹੈਲਦੀ ਆਪਸ਼ਨ ਆ ਉਹ ਖਾਓ ਮੇਰਾ ਕੋਚ ਕਹਿੰਦਾ ਹੁੰਦਾ ਹੈਗਾ ਵੀ ਜੇ ਤੁਸੀਂ ਵਿਆਹ ਤੇ ਜਾਣਾ ਜਾਂ ਕਿਤੇ ਵੀ ਜਾਣਾ ਉਹ ਤੋਂ ਪਹਿਲਾਂ ਕਰੋ ਰੱਜ ਕੇ ਖਾ ਜਾਓ ਤਾਂ ਉੱਥੇ ਵੀ ਖਾ ਲੋਗੇ ਮਾੜਾ ਮੋਟਾ ਪਰ ਫਿਰ ਇੰਨਾ ਨਹੀਂ ਸ਼ਕੋਗੇ ਵੀ ਨੇਰੇ ਠਾ ਦੋ ਤਾਂ ਇਹਦੇ ਨਾਲ ਚੀਜ਼ ਹੈਗੀ ਆ ਉਹ ਬੜਾ ਫਰਕ ਪਾਉਂਦੀ ਆ ਦੂਜੀ ਚੀਜ਼ ਜਿਹੜੀ ਡਿਪਰੈਸ਼ਨ ਦੇ ਵਿੱਚ ਮੈਂ ਕਹਿਣ ਲੱਗਾ ਇਸ ਸਹਾਇੀ ਹੁੰਦੀ ਹੈ ਜਿਸੇ ਕਰਕੇ ਡਿਪਰੈਸ਼ਨ ਹੁੰਦਾ ਉਹ ਹੈਗੀ ਅਲਕੋਹਲ ਧਾਰੂ ਸ਼ਰਾਬ ਹੁਣ ਮੈਂ ਤੁਹਾਨੂੰ ਮੜਾ ਜਾ ਐਕਸਪਲੇਨ ਕਰਦਾ ਇਹਦੇ ਬਾਰੇ ਵੀ ਹਨ ਮੂਡ ਲਿਫਟ ਕਰਨ ਨੂੰ ਬਹੁਤ ਲੋਕ ਪੀਂਦੇ ਨੇ ਕੋਈ ਕਹਿੰਦੇ ਨੇ ਕੋਈ ਨਾ ਭੋਰਾ ਭੋਰਾ ਖਪੀ ਰਿਆ ਕਰੋ ਕੋਈ ਚੱਕਰ ਨਹੀਂ ਮਾੜੀ ਮੋਟੀ ਤਾਂ ਬਹੁਤ ਜਿਹੜੇ ਫੌਜੀ ਨੇ ਆਪਣੇ ਕਹਿੰਦੇ ਨੇ ਵੀ ਇਹ ਤਾਂ ਮੈਡੀਸਨ ਹੁੰਦੀ ਆ ਉਸ ਤਰੀਕੇ ਨਾਲ ਕਹਿੰਦੇ ਨੇ ਹਨ ਤਾਂ ਇਹਦੇ ਬਾਰੇ ਕੀ ਹੈ ਵੀ ਸ਼ਰਾਬ ਆ ਜਿਹੜੀ ਇਹ ਸੈਰੋਟੋਨਿਨ ਰਿਲੀਜ਼ ਕਰਦੀ ਹੈ ਤੇ ਸੈਰੋਟੋਨਿਨ ਉਹ ਕੈਮੀਕਲ ਆ ਜਿਹਨੂੰ ਆਪਾਂ ਕਹਿੰਦੇ ਹਾਂਗੇ ਵੀ ਹੈਪੀ ਕੈਮੀਕਲਾਂ ਦੇ ਉਹਦੇ ਵਿੱਚੋਂ ਆ ਜਾਂਦਾ ਹੈ ਤਾਂ ਇਹ ਤੁਹਾਨੂੰ ਖੁਸ਼ ਕਰਦਾ ਹੈ ਅਪ ਟੂ ਸਰਟਨ ਲੈਵਲ ਪਰ ਚੱਕਰੇ ਇਹ ਆ ਵੀ ਜਿਹੜੀ ਗੱਲਾਂ ਆਪ ਆਪ ਕਰਦੇ ਆ ਵੀ ਆਮ ਲੋਕ ਸੋਚਦੇ ਨੇ ਵੀ ਇੱਕ ਪੈਗ ਲਾਓ ਤੇ ਟੈਨਸ਼ਨ ਭਜਾਓ ਅਸਲियत ਵਿੱਚ ਕਿਉਂਕਿ ਅਲਕੋਹਲ ਨਾਲ ਡਿਪਰੈਸ਼ਨ ਵਿਗੜ ਜਾਂਦਾ ਅਲਕੋਹਲ ਇੰਡਿਊਸਡ ਡਿਪਰੈਸ਼ਨ ਤਾਂ ਹੀ ਜਦੋਂ ਤੁਸੀਂ ਡਿਪਰੈਸ਼ਨ ਵਾਲੀ ਦਵਾਈ ਵੀ ਲੈ ਲੈਂਦੇ ਹੋ ਤਾਂ ਉਹਦੇ ਨਾਲ ਉਹ ਕਹਿੰਦੇ ਨੇ ਬਹੁਤੀਆਂ ਦਵਾਈਆਂ ਨਾਲ ਵੀ ਤੁਸੀਂ दारू ਨਹੀਂ ਪੀਣੀ ਦੂਜੀ ਗੱਲ ਇਹ ਜਿਹੜੇ ਬੰਦੇ ਦੀ ਡਿਪਰੈਸ਼ਨ ਹੈ ਨਾ ਵੀ ਕੁਝ ਦਵਾਈ ਲੈ ਰਹੇ ਹੋ ਇੱਕ ਤੁਹਾਨੂੰ ਵਿਗਾੜ ਸਕਦਾ ਇੱਕ ਉਹਦਾ ਅਸਰ ਵੀ ਘਟਾ ਸਕਦਾ ਹੈ ਤਾਂ दारू ਆ ਜਿਹੜੀ ਮੇਰੇ ਹਿਸਾਬ ਨਾਲ ਵੀ ਇਹੇ ਤੁਹਾਨੂੰ ਨੁਕਸਾਨ ਹੀ ਦਊਗੀ ਸਾਇੰਟਿਫਿਕ ਤਰੀਕੇ ਤੋਂ ਹਾਂ ਟੈਂਪਰੇਰੀ ਖੁਸ਼ੀ ਤੁਹਾਨੂੰ ਦੇ ਸਕਦੀ ਆ ਪਰ ਆਪਾਂ ਇਹ ਦੇਖਣਾ ਹੁੰਦਾ ਵੀ ਨਾ 10 ਇਅਰਸ 20 ਇਅਰਸ 30 ਇਅਰਸ ਟਾਈਮ ਉਮਰ ਕਿੱਥੇ ਜਾ ਰਹੀ ਆ ਤਾਂ ਹੁਣ ਲੋਕ ਕਹਿਣਗੇ ਵੀ ਜੇ ਮੇਰੀ ਇਹਨੂੰ ਸੁਣ ਕੇ ਵੀ ਨਹੀਂ ਯਾਰ ਏਡੀ ਨਿਕਲ ਆਉਂਦੀ ਐ ਤਾਂ ਫਿਰ ਚਾਹ ਪੀਣ ਨਾਲ ਵੀ ਕੁਝ ਨਹੀਂ ਹੁੰਦਾ ਐ ਫਾਸਟ ਫੂਡ ਖਾਣ ਨਾਲ ਵੀ ਕੁਝ ਨਹੀਂ ਹੁੰਦਾ ਇਹ ਇਨਕਰੀਮੈਂਟਲ ਆ ਸਾਰਾ ਕੁਝ ਹੌਲੀ 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 ਅਸਰ ਹੁੰਦਾ 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 ਗੱਲ ਕਿੱਥੇ ਜਾਂਦੀ ਆ ਈਓ ਮੈਂ ਜਿਵੇਂ ਚप्पल ਘਸਦੀ ਘਸਦੀ ਘ ਉਵੇਂ ਅੰਦਰੋਂ ਸ਼ਰੀਰ ਤੇ ਵੀ ਜਿਹੜੀ ਰੇਤੀ ਲਾ ਰਹੀਆਂ ਆ ਇਹ ਚੀਜ਼ਾਂ ਜਾਂ ਦਿਮਾਗ ਜਿਹੜੀ ਰੇਤੀ ਲਾ ਰਹੀਆਂ ਉਹ ਲੱਗਦੀ 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 ਆ ਉਹ ਤੁਹਾਨੂੰ ਫਰਕ ਦਿਖਦਾ ਨਹੀਂ ਇੱਕਦਮ ਤੇ ਜਿੱਦਾਂ ਜਾ ਕੇ ਫਿਰ ਫਰਕ ਪੈਂਦਾ ਫਿਰ ਇੱਕਦਮ ਹੀ ਪੈਂਦਾ ਵੀ ਆ ਕੀ ਹੋ ਗਿਆ ਫਲਾਣੇ ਬੰਦੇ ਨੂੰ ਚੰਗਾ ਭਲਾ ਸੀ ਉਹ ਚੰਗਾ ਭਲਾ ਨਹੀਂ ਉਹਦੇ ਅੰਦਰ ਪਤਾ ਨਹੀਂ ਕਿਦਾਂ ਦਾ ਕੀ ਕੁਝ ਚੱਲ ਰਿਹਾ ਸੀ ਠੀਕ ਆ ਤੇ ਚੰਗਾ ਖਾਣਾ ਫਾਸਟ ਫੂਡ ਤੋਂ ਬਚੋ ਅਲਕੋਹਲ ਤੋਂ ਬਚੋ ਉਹਦੇ ਨਾਲ ਤੁਹਾਨੂੰ ਫਰਕ ਹੀ ਪੈਣਾ ਜ਼ਿੰਦਗੀ ਸੌਖੀ ਹੋਣੀ ਐ ਤੇ ਦਿਮਾਗੀ ਤੌਰ ਤੇ ਵੀ ਤੁਸੀਂ ਤਾਜ਼ਾ ਤੇ ਤੰਦਰੁਸਤ ਰਹਿਣਾ ਅਗਲੀ ਚੀਜ਼ ਜਿਹੜੀ ਤੁਸੀਂ ਕਰਨੀ ਐ ਰੀਫਾਈਂਡ ਅਨਾਜ ਰਿਫਾਈਂਡ ਅਨਾਜ ਕੀ ਹੈ ਜੀ ਹੁਣ ਰਿਫਾਈਂਡ ਅਨਾਜ ਜਿਹਨੂੰ ਕਹਿ ਸਕਦੇ ਆਂ ਵੀ ਅੱਜਕੱਲ ਪ੍ਰੋਸੈਸਡ ਅਨਾਜ ਬਹੁਤ ਆ ਰਿਹਾ ਵੀ ਪਹਿਲਾਂ ਮੇਰੇ ਯਾਦ ਹੈ ਵੀ ਘਰੇ ਜਦੋਂ ਆਟਾ ਛਾਣਦੇ ਸੀ ਤਾਂ ਉਹ ਜਿਹੜਾ ਮਗਰ ਬਚਦਾ ਸਾਡੇ ਵਾਲੇ ਪਾਸੇ ਉਹਨੂੰ ਸੂੜਾ ਕਹਿੰਦੇ ਨੇ ਵੀ ਜਿਹੜਾ ਬਚ ਗਿਆ ਜੋ ਕੱਢ ਕੇ ਕੱਲਾ ਆਟਾ ਹੁੰਦਾ ਸੀਗਾ ਤਾਂ ਉਹਦੀ ਰੋਟੀ ਲਾਉਂਦੇ ਸੀ ਤਾਂ ਘਰ ਦੇ ਕਈ ਕਹਿੰਦੇ ਵੀ ਨਾ ਭਾਈ ਇਹ ਰੋਟੀ ਚੰਗੀ ਨਹੀਂ ਇਹ ਤਾਂ ਮੈਦੇ ਬਰਾਬਰ ਹੀ ਹੋ ਗਈ ਵੀ ਉਹ ਵਿੱਚ ਹੀ ਜਾਂਦਾ ਅੱਜਕੱਲ ਉਹਨੂੰ ਹੋਲ ਮੀਲ ਕਹਿੰਦੇ ਨੇ ਪਰ ਰਿਫਾਈਨਡ ਅਨਾਜ ਦੇ ਵਿੱਚ ਕੀ ਹੈ ਤੁਸੀਂ ਰਿਫਾਈਨਡ ਅਨਾਜ ਹਰ ਚੀਜ਼ ਦੇ ਵਿੱਚ ਆ ਵੀ ਛੋਲਿਆਂ ਤੋਂ ਲੈ ਕੇ ਦਾਲਾਂ ਤੋਂ ਲੈ ਕੇ ਮੱਕੀ ਤੋਂ ਲੈ ਕੇ ਕਣਕ ਤੋਂ ਲੈ ਕੇ ਬਾਜਰੇ ਤੱਕ ਹਰ ਜਗ੍ਹਾ ਰਿਫਾਈਨ ਕੰਮ ਹੋ ਰਿਹਾ ਔਰ ਰਿਫਾਈਨ ਦੇ ਵਿੱਚ ਕੀ ਹੈ ਬਹੁਤ ਸਾਰੇ ਜ਼ਰੂਰੀ ਤੱਤ ਉਹ ਜੋ ਨਿਕਲ ਜਾਂਦੇ ਨੇ ਉਹਦੇ ਨਾਲ ਨਾਲ ਕੀ ਹੋ ਰਿਹਾ ਹੈ ਉਹਦੇ ਅਨਾਜ ਦਾ ਕੁਝ 파ਟ ਹੁੰਦਾ ਜਿਹੜਾ ਤੁਹਾਨੂੰ એનર્ਜੀ ਪ੍ਰੋਵਾਈਡ ਕਰਦਾ ਤੇ ਕੁਝ 파ਟ ਹੁੰਦਾ ਜਿਹੜਾ ਉਹਨੂੰ ਡਾਈਜੈਸਟ ਕਰਨ ਚ ਵੀ ਹੈਲਪ ਕਰਦਾ ਉਹ ਕਈ ਵਾਰੀ ਉਹ 파ਟ ਉਹ ਖਤਮ ਕਰ ਦਿੰਦੇ ਨੇ ਜਿਹੜਾ ਡਾਈਜੈਸ਼ਨ ਵਾਲਾ ਤਾਂ ਉਹ ਅੰਦਰ ਜਾ ਕੇ ਹੋਰ ਪ੍ਰੋਬਲਮਾਂ ਕਰਦਾ ਤਾ ਉਹ ਸਾਰੇ ਦੇ ਨਾਲ ਕੀ ਹੁੰਦਾ ਜਦੋਂ ਤੁਹਾਡਾ ਡਾਈਜੈਸ਼ਨ ਜਦੋਂ ਤੁਹਾਡਾ ਸਾਰਾ ਕੁਝ ਜਦੋਂ ਇਹ ਘਟ ਜਾਂਦਾ ਵੀ ਜਦੋਂ ਤੁਹਾਡਾ ਸਾਰਾ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਘਟ ਗਈਆਂ ਇਹਦੇ ਨਾਲ ਕੀ ਹੈ ਜਿਹੜਾ ਤੁਹਾਡਾ ਮੈਟਾਬੋਲਿਜ਼ਮ ਹੈ ਉਹ ਸਲੋ ਹੋ ਗਿਆ ਮੈਟਾਬੋਲਿਜ਼ਮ ਸਲੋ ਹੋਣ ਦੇ ਨਾਲ ਬਾਕੀ ਸਾਰੇ ਸਿਸਟਮ ਤੇ ਅਸਰ ਪਿਆ ਹੈ ਜਿਵੇਂ ਜਿਵੇਂ ਸਾਰੇ ਸਿਸਟਮ ਤੇ ਲੰਬੇ ਸਮੇਂ ਤੱਕ ਜੇ ਅਸਰ ਪਾਊਗਾ ਤਾਂ ਉਹਦੇ ਨਾਲ ਫਿਰ ਦਿਮਾਗ ਤੇ ਅਸਰ ਪੈਣੇ ਪੈਣਾ ਉਹਦੇ ਨਾਲ ਵੀ ਫਿਰ ਦਿੱਕਤ ਆਉਣੀ ਹੈ ਨਮਕ ਨਮਕ ਨਾਲ ਬਲੱਡ ਪ੍ਰੈਸ਼ਰ ਨਾਲ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਨਮਕਾ ਜਿਹੜਾ ਜਿੰਨਾ ਸੋਡੀਅਮ ਜ਼ਿਆਦਾ ਅੰਦਰ ਆਉਣਾ ਉਹਨਾਂ ਬਲੱਡ ਪ੍ਰੈਸ਼ਰ ਵੱਧ ਸਕਦਾ ਜਿੰਨਾ ਜ਼ਿਆਦਾ ਆਪਾਂ ਨਾਮਕ ਖਾ ਸਕਦੇ ਆ ਇਸ ਲਈ ਡਿਪਰੈਸ਼ਨ ਦਾ ਖਤਰਾ ਇਹਦੇ ਨਾਲ ਵੱਧਾ ਹੈ ਤਾਂ ਨਾਲ ਦੀ ਨਾਲ ਇਹ ਕਹਿੰਦੇ ਨੇ ਵੀ ਇਹਦੇ ਨਾਲ ਜਿਹੜਾ ਆਪਣਾ ਬੌਧਿਕ ਵਿਕਾਸ ਹੈ ਜੇ ਛਾਦੇ ਲੂਣ ਖਾਂਦੇ ਆ ਤਾਂ ਉਹਦੇ ਤੇ ਵੀ ਅਸਰ ਉਹ ਪਾਉਂਦਾ ਹੈ ਸਾਇੰਸ ਦੀ ਰਿਸਰਚ ਹੈ ਰੀਸੈਂਟ ਲੂਣ ਸਾਡੇ ਸਰੀਰ ਲਈ ਜ਼ਰੂਰੀ ਹੈ ਉਹਨਾਂ ਕਾਪਾ ਨੂੰ ਲੈਣਾ ਪਊਗਾ ਪਰ ਇੱਕ ਲਿਮਟ ਆ ਹਨਾ ਉਹ ਲਿਮਟ ਤੁਸੀਂ ਸਾਇੰਸ ਦੇ ਵਿੱਚ ਲੱਭ ਹੀ ਸਕਦੇ ਹੋਗੇ ਆਈ ਥਿੰਕ ਇਟਸ ਆਰਾਊਂਡ 6 ਗ੍ਰਾਮ ਹੈ ਬੰਦੇ ਲਈ ਤੇ ਬਾਕੀ weight ਦੇ ਹਿਸਾਬ ਨਾਲ ਹੁੰਦੀ ਆ ਹਨਾ ਉਹਦੇ ਲਈ ਜ਼ਰੂਰ ਆ ਤੇ ਜਿਵੇਂ ਵੱਧ ਲੂਣ ਖਾਣੇ ਆ ਫਿਰ ਕੀ ਹੁੰਦਾ ਕੀ ਆ ਮਾਸਪੇਸ਼ੀਆਂ ਦੀ ਜਿਹੜੀ ਫੰਕਸ਼ਨ ਹੈਗਾ ਤੇ ਨਰਵ ਟਰਾਂਸਮਿਸ਼ਨ ਤੱਕ ਸਾਰੀ ਜਗ੍ਹਾ ਜਿਹੜੀ ਇਹ ਡਿਊਟੀ ਨਿਭਾਉਂਦਾ ਉਹਦਾ ਬੈਲੈਂਸ ਵਿਗੜ ਜਾਂਦਾ ਜਦੋਂ ਆਪਾਂ ਜ਼ਿਆਦਾ ਨੂਣ ਖਾ ਲੈਂਦੇ ਹਣਾ ਕਹਿਣ ਤੋਂ ਭਾਵ ਇਹ ਵੀ ਬਿਲਕੁਲ ਬੰਦ ਨਹੀਂ ਕਰਨਾ ਹੈਗਾ ਬਸ ਜਿਹੜਾ ਸਬਜ਼ੀ ਨੂੰ ਕਰਾਰੀ ਕਰਨ ਲਈ ਜਾਂ ਸਰਾਦ ਨੂੰ ਤਿੱਖਾ ਕਰਨ ਲਈ ਬਾਅਦ ਚ ਪਾਉਨੇ ਆ ਉਹ ਬੰਦ ਕਰ ਦੋ ਤਾਂ ਉਹਨੇ ਨਾਲ ਹੀ ਤੁਸੀਂ ਦੇਖਿਓ ਬਹੁਤ ਫਰਕ ਪੈ ਜਾਣਾ ਜਿਹੜਾ ਚੀਜ਼ਾਂ ਦੇ ਵਿੱਚ ਲੂਣ ਪਹਿਲਾਂ ਹੀ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਠੀਕ ਆ ਤੋਂ ਦੀ ਪਾਉਣ ਵਾਲਾ ਘਟਾ ਦਿਓ ਤੇ ਜਿੰਨਾ ਘਰੇ ਪਾਉਨੇ ਹੋ ਉਹ ਚ ਮੜ ਜਾ ਸੰਕੋਚ ਕਰਨ ਲੱਗ ਜਿਓ ਸਬਜੀ ਤੇ ਉਹਨੇ ਨਾਲ ਹੀ ਫਰਕ ਪੈ ਜਾਣਾ ਚੀਨੀ ਚੀਨੀ ਵਾਲਾ ਤਾਂ ਤੁਹਾਨੂੰ ਮੈਨੂੰ ਲੱਗਦਾ ਵੀ ਮੈਨੂੰ ਦੱਸਣ ਦੀ ਵੀ ਲੋੜ ਨਹੀਂ ਹੁਣ ਅੱਜ ਕੱਲ ਤਾਂ ਇਹਦੀ ਅਵੇਅਰਨੈਸ ਇੰਨੀ ਜ਼ਿਆਦਾ ਆ ਚੁੱਕੀ ਹੈ ਵੀ ਚੀਨੀ ਤਾਂ ਲੋੜ ਹੀ ਨਹੀਂ ਯਾਰ ਗੱਲ ਹੀ ਮੁੱਕ ਗਈ ਜਿਹੜਾ ਕਿਸੇ ਨੂੰ ਹਾਈਪੋਗਲਾਈਸੈਮੀ ਹੁੰਦਾ ਹਾਂ ਉਹਨੂੰ ਉਹਨੇ ਕ ਖਾਣੇ ਮੈਂਦੀ ਮਾੜੀ ਜੀ ਉਹਨੇ ਕ ਆਪਣੇ ਖਾਣਿਆਂ ਚ ਵੈਸੀ ਹੁੰਦੀ ਹੈ ਡਾਇਬੀਟੀਸ ਵਾਲਨੇ ਚੀਨੀ ਡਾਕਟਰ ਦੇ ਹਿਸਾਬ ਨਾਲ ਲੈਣੀ ਹੈ ਹਨਾ ਕਿਉਂਕਿ ਕਿਉਂਕਿ ਹਾਈਪੋ ਨਾ ਹੋ ਜੇ ਬਾਕੀ ਅਦਰਵਾਇਸ ਤੁਸੀਂ ਚਾਹ ਚੀਨੀ ਜਿੰਨੀ ਜਿਹੜੀ ਆਥਨੇ ਆਪਾਂ ਬਿਨਾਂ ਮਤਲਬ ਦੀ ਰਸਣ ਵਾਲੀ ਚੱਕ ਦਿੰਨੇ ਆ ਕਦੇ ਜਾਂ ਕੁਝ ਖਾ ਲਿਆ ਹਨ ਵੀ ਆ ਕੋਈ ਗਜਰੇਲਾ ਬਣ ਗਿਆ ਜੇ ਬਣ ਗਿਆ ਉਹ ਤੋਂ ਬਚੋ ਕਿਉਂਕਿ ਉਹ ਚੀਜ਼ਾਂ ਜਿਹੜੀਆਂ ਉਹੀ ਕੰਮ ਖਰਾਬ ਕਰਦੀਆਂ ਉਹਦਾ ਜਿਹੜਾ ਮਟਾਪਾ ਪੈਂਦਾ ਨਾ ਸਾਈਡਾਂ ਤੇ ਇਹ ਵੀ ਸਾਰਾ ਚੀਨੀਓ ਲੈ ਕੇ ਆਉਂਦੀ ਹੈ ਪਰ ਉਹ ਮਟਾਪਾ ਜਿਹੜਾ ਮਟਾਪਾ ਫਿਰ ਉਹਦਾ ਡਿਪਰੈਸ਼ਨ ਦਾ ਕਾਰਨ ਬਣਦਾ ਕੇ ਠੀਕ ਆ ਉਧਰ ਦੀ ਵੀ ਰਸਤਾ ਬਣਦਾ ਤੇ ਇਹਦੇ ਨਾਲ ਨਾਲ ਤੁਸੀਂ ਇਹ ਵੀ ਕਹਿ ਸਕਦੇ ਹੋ ਵੀ ਜਿਹੜਾ ਹਾਰਮੋਨਲ ਹਾਰਮੋਨਲ ਇੰਬੈਲੈਂਸ ਤੁਹਾਡੇ ਜਿਹੜੇ ਹਾਰਮੋਨ ਨੇ ਉਹਨਾਂ 'ਚ ਹੇਠ ਉੱਥਾ ਕਰ ਦਿੰਦਾ ਹੈ ਤਾਂ ਉਹ ਵੀ ਦੇਖਣ ਦੀ ਗੱਲ ਆ ਗਈ ਤੇ ਨਾਲ ਨਾਲ ਜਿਵੇਂ ਇਥੋਂ ਪੜਾਉ ਨੋਟਸ ਦੇ ਵਿੱਚ ਕਿ ਦਿਮਾਗ ਦੇ ਸੈੱਲਾਂ ਤੇ ਸੋਜਿਸ਼ ਵਰਗੇ ਹੋਰ ਕਈ ਹੈਲਥ ਇਸ਼ੂ ਤੇ ਨਾਲ ਹੀ ਨਿਊਰੋਟਰਾਂਸਮਿਟਰਾਂ ਤੇ ਵੀ ਬੁਰਾ ਪ੍ਰਭਾਵ ਪਾਉਂਦੀ ਹੈ ਚੀਨੀ ਤਾਂ ਦੇਖੋ ਵੀ ਕਿੰਨਾ ਜ਼ਿਆਦਾ ਦਾ ਨੁਕਸਾਨ ਹੈ ਜਿਹਨੂੰ ਮਿੱਠਾ ਪਸੰਦ ਆਉਂਦਾ ਤੋਂ ਲਈ ਬੜਾ ਔਖਾ ਹੈ ਇਹ ਗੱਲ ਨੂੰ ਸਮਝਣਾ ਪਰ ਮੈਂ 2017-18 ਦੇ ਵਿੱਚ ਮੇਰੇ ਖਾਮ ਤੇ ਸੀਗਾ ਤਾਂ ਅਸੀਂ ਉਥੇ ਮੈਂ ਚਾਹ ਚ ਮਿੱਠਾ ਪਾਉਂਦਾ ਸੀ ਤਾਂ ਉਥੇ ਮੇਰੇ ਨਾਲ ਮੇਰੀ ਕਾਲੀਜ ਸੀ ਇੱਕ ਉਹ ਕਹਿੰਦੀ ਵੀ ਚਾਹ ਚ ਮਿੱਠਾ ਪਾਉਣਾ ਭਾਹਾਂ ਉਹ ਕਹਿੰਦੇ ਬਿਨਾ ਮਿੱਠਾ ਦੁੱਪੀ ਕੇ ਦੇ ਚਲ ਤੁਸੀਂ ਕਨਵਰਸੇਸ਼ਨ ਕਰੀ ਤੇ ਉਹਨੇ ਦੱਸਿਆ ਵੀ ਉਹਦੀ ਮੰਮੀ ਨੂੰ ਡਾਇਬੀਟੀ ਸੀਗੀ ਤਾਂ ਉਹਨੇ ਫਿਰ ਮਿੱਠਾ ਪੀਣਾ ਛੱਡਤਾ ਆਪਣੀ ਮੰਮੀ ਕਰਕੇ ਕਹਿੰਦਾ ਵੀ ਮੰਮੀ ਆਪਾਂ ਦੋਨੇ ਇਕੱਠੇ ਛੱਡਦੇ ਆ ਮਿੱਠਾ ਮੈਨੂੰ ਗੱਲ ਉਹ ਵਧੀਆ ਲੱਗੀ ਤੇ ਮੈਂ ਮਿੱਠਾ ਨਹੀਂ ਪਾਇਆ ਉਹਦਾਂ ਫਿਰ ਹੌਲੀ ਹੌਲੀ ਮੈਂ ਮਿੱਠਾ ਪਾਉਣਾ ਛੱਡ ਗਿਆ ਜੀ ਨਹੀਂ ਜੀ ਆਚੀ ਨਹੀਂ ਚਾਹ ਹੈ ਤੇ 2017-18 ਤੋਂ ਬਾਅਦ ਫਿਰ ਮੈਂ ਬਿਨਾ ਮਿੱਠੇ ਵਾਲੀ ਚਾਹ ਪੀ ਲੈਣਾ ਤੇ ਹੁਣ ਮੈਨੂੰ ਔਖਾ ਨਹੀਂ ਲੱਗਦਾ ਉਹ ਜੀਭ ਦੇ ਸਵਾਦ ਦੀ ਗੱਲ ਹੁੰਦੀ ਹੈ ਨਾ ਤੇ ਉਤੋਂ ਵੀ ਸੱਚ ਗੱਲ ਦੱਸਾਂ 2 ਹਫ਼ਤੇ ਪਹਿਲਾਂ ਥੋ ਚਾਹ ਵੀ ਥੀਨੀ ਹੁਣ ਦੋ ਹਫਤੇ ਹੋ ਗਏ ਮੈਂ ਬੀਤੀ ਉਹਨੇ ਇਹ ਨਹੀਂ ਕਹਿੰਦੇ ਮੈਂ ਚਾਹ ਛੱਡਤੀ ਪਰ ਬਹੁਤ ਜਾਣੇ ਵੀ ਲੱਗਦਾ ਵੀ ਹੁਣ ਮੈਂ ਬਹੁਤ ਘਟਾ ਦਊਗਾ ਤੇ ਥੋੜੀ ਜੀ ਪ੍ਰੈਕਟਿਸ ਨਾਲ ਚੀਜ਼ਾਂ ਆ ਤੁਸੀਂ ਕੰਟਰੋਲ ਚ ਲੈ ਕੇ ਆ ਸਕਦੇ ਜੇ ਮਿੱਠੇ ਦਾ ਜ਼ਿਆਦਾ ਚਾਹ ਆ ਉਹਨੂੰ ਕੋਸ਼ਿਸ਼ ਕਰੋ ਵੀ ਪਹਿਲਾਂ ਸੱਚ ਬੋਲੋ ਆਪਣੇ ਆਪ ਨੂੰ ਮੈਂ ਮਿੱਠਾ ਪੀਣਾ ਤੋ ਤਿੰਨ ਚਮਚੇ ਚਾਹ ਚ ਪਾ ਕੇ ਫਿਰ ਕਹਿੰਦਾ ਮਿੱਠਾ ਤਾਂ ਮੈਂ ਬਸ ਸਵਾਦ ਅਨਸਾਰ ਹੀ ਲੈਣਾ ਉਹਦਾ ਕੋਈ ਫਾਇਦਾ ਨਹੀਂ ਉਹਦਾ ਰਗੜੂਗਾ ਤੁਹਾਨੂੰ ਅਗਲੀ ਚੀਜ਼ ਹੈ ਕਿ ਜਿਹੜੇ ਹੁਣ ਸਭ ਤੋਂ ਖਤਰਨਾਕ ਚੀਜ਼ ਹੁਣ ਆਈ ਹੈ ਇੰਡੀਆ ਚ ਹੁਣੇ-ਹੁਣੇ ਬਾਹਰ ਬਹੁਤ ਚਿਰਦੀ ਇਹ ਤਾਂ ਦਿਮਾਗ ਚੱਕੂ ਚੱਕੂ શરીਰ ਦਾ ਵੀ ਨੁਕਸਾਨ ਕਰੂ ਕਰੂ ਇਹ ਤਾਂ ਤਾਂ ਇੰਨਾ ਪਾਸੇ ਰਹਿਣਾ ਵੀ ਸੋਚ ਤੋਂ ਪਰੇ ਇਹਦੇ ਨੇੜੇ ਤਾਂ ਜਾਣੇ ਨਹੀਂ ਆਪਾਂ ਨੇ ਤੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਮਾੜਾ ਜਿਹਾ ਇਥੋਂ ਪੜ੍ਹ ਕੇ ਇਹਦੇ ਬਾਰੇ ਮੈਂ ਕਾਫੀ ਚੀਜ਼ ਨੋਟਸ ਨੇ ਮੇਰੇ ਕੋਲ ਤਾਂ ਮੈਂ ਤੁਹਾਨੂੰ ਦੱਸਦਾ ਵੀ એનર્ਜੀ ਡਰਿੰਕ ਜਿਹੜੀ 10 15 ਸਾਲ ਪਹਿਲਾਂ ਹੀ ਇਹ ਜਿਆਦਾ ਆਏ ਨੇ ਤੇ ਇਹਨੂੰ ਵੇਚਣ ਲਈ ਮਾਰਕੀਟ ਦੀ ਸਟ੍ਰੈਟੇਜੀ ਦੇਖੋ ਜਿਵੇਂ ਰੈੱਡ ਬੋਲ ਹਨਾ ਉਹ ਐ ਦਿਖਾਇਆ ਜਾਂਦਾ ਵੀ ਬਸ ਇਤੋਂ ਤਕੜੀ ਤਾਂ ਕੋਈ ਚੀਜ਼ ਹੀ ਨਹੀਂ ਹੈਗੀ ਹਨਾ ਤੇ ਜਿਹੜੇ ਇਨਗਰੀਡੀਅੰਟ ਨੇ ਇਹਨਾਂ ਦੇ ਮੇਨ ਉਲ ਕੋਲ ਕੋ ਛੋਟੇ 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 ਇਹਨਾਂ ਦੇ ਵਿੱਚ ਜਿਹੜੇ ਕੈਮੀਕਲ ਨੇ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਇਹਨੀਆਂ ਜ਼ਿਆਦਾ ਖਤਰਨਾਕ ਨੇ ਇਨ ਦਾ ਲੌਂਗ ਯੂਜ਼ ਵੀ ਉਹ ਜਿੰਦਗੀ ਨੂੰ ਬਹੁਤ ਜ਼ਿਆਦਾ ਗਲਤ ਪਾਸੇ ਵੱਲ ਲੈ ਕੇ ਜਾ ਸਕਦੀਆਂ ਨੇ ਤਾਂ ਤੁਸੀਂ ਇਹ ਦੇਖੋ ਵੀ ਜਿਹੜਾ ਇਹਨਾਂ ਦਾ ਡਿਟੇਲ ਵਾਲਾ ਪਾਰਟ ਹੁੰਦਾ ਜਾਂ ਤੁਸੀਂ ਉਹਨੂੰ ਜਾ ਕੇ ਇੰਟਰਨੈਟ ਤੇ ਕਿੰਨੇ ਨੇ ਸਰਚ ਕਰਾਉਣਾ ਕਿੰਨੇ ਨੂੰ ਇਹ ਪਤਾ ਵੀ ਰੈਡ ਬੁੱਲ ਦੇ ਵਿੱਚ ਹਾਨੀਕਾਰਕ ਕੈਮੀਕਲ ਕਿਹੜੇ ਨੇ ਆਪਾਂ ਸਰਚ ਕਰਾਂਗੇ ਕਦੇ ਨਾ ਕਿਸੇ ਦੀ ਸਬਜ਼ੀ ਤੇ ਮੱਖੀਆਂ ਬੈਠੀਆਂ ਹੋਣ ਉਹਨੂੰ ਜਾ ਕੇ ਆਪਾਂ ਚਾਰ ਛੇਤਰ ਜਦੀ ਮਾਰ ਦਾਂਗੇ ਨਾ ਵੀ ਤੈਨੂੰ ਪਤਾ ਨਹੀਂ ਲੱਗਦਾ ਯਾਰ ਕੀ ਗੰਦਾ ਪਾਇਆ ਦਾ ਇੱਥੇ ਤਾਂ ਅੱਜ ਹੀ ਕੱਲੀ ਮੈਂ ਖਬਰ ਪੜ੍ਹੀ ਸੀ ਕਿ ਬਿਲ ਗੇਟਸ ਦੀ ਟੀਮ ਨੂੰ ਅ ਉਹਨਾਂ ਨੇ ਉਹ ਜਿਹੜਾ ਲੈਬ ਦੇ ਵਿੱਚ ਮੀਟ ਬਣਾਉਣ ਦੀ ਇਜਾਜ਼ਤ ਦੇਤੀ ਵੀ ਉਹ ਮੀਟ ਜਾਨਵਰ ਦਾ ਨਹੀਂ ਹੋਊਗਾ ਲੈਬ 'ਚ ਬਣੂਗਾ ਤੇ ਇਹ ਸਾਰੀਆਂ ਚੀਜ਼ਾਂ ਜਿਹੜੀ ਫੂਡ ਇੰਡਸਟਰੀ ਆ ਉਹ ਅਲਾਉ ਕਰ ਰਹੀ ਹੈ ਤਾਂ ਫੂਡ ਇੰਡਸਟਰੀ ਤੇ ਆਪਾਂ ਰਿਲਾਈ ਨਹੀਂ ਕਰ ਸਕਦੇ ਆਪਾਂ ਆਪਣੇ ਹਿਸਾਬ ਨਾਲ ਤਾਜ਼ੀ ਚੀਜ਼ ਸਹੀ ਚੀਜ਼ ਦੇਖ ਕੇ ਖਾਣੀ ਆ ਸਹੀ ਚੀਜ਼ ਲੈਣੀ ਆ ਕਿਉਂਕਿ ਉਹ ਜਿਹੜੀ ਇੰਡਸਟਰੀ ਆ ਜਿਹੜੀ ਰੈਡ ਬੁੱਲ ਬਣਾ ਰਹੀ ਆ ਜਾਂ ਕੋਕ ਬਣਾ ਰਹੀ ਆ ਜਾਂ ਜਿਹੜਾ ਹੁਣ ਹਾਲ ਲੈਬ ਮੈਨੂਫੈਕਚਰਡ ਮੀਟ ਬਣੂਗਾ ਇਹ ਤਾਂ ਪੂੰਜੀਵਾਦੀ ਜਿਹੜੇ ਲੋਕ ਨੇ ਉਹਨਾਂ ਵਾਸਤੇ ਆ ਉਹਨਾਂ ਨੇ ਆਪਦਾ ਕੰਮ ਚਲਾਉਣਾ ਆਪਦਾ ਭੋਜ ਮੈਂ ਜਮ ਫਰੈਸ਼ ਸਮਾਨ ਖਾਂਦੇ ਹੁਣ ਪਰ ਤੁਸੀਂ ਇਹ ਦੇਖਣਾ ਹੁੰਦਾ ਵੀ ਇਹ ਸਾਰਾ ਕੁਝ ਮੇਰੇ ਅੰਦਰ ਜਾ ਰਿਹਾ ਹੈ ਸਰੀਰ ਇੱਕ ਮੰਦਰ ਆ ਹੈ ਨਾ ਤੇ ਇਹਦੇ ਵਿੱਚ ਜੇ ਆਪਾਂ ਤੁਸੀਂ ਕਿਸੇ ਧਰਮ ਤੋਂ ਵੀ ਲੈ ਲਓ ਛੀ ਸਰੀਰ ਦੇ ਨਾਲ ਛੇੜਛਾੜ ਤੁਹਾਨੂੰ ਅਲਾਉਡ ਨਹੀਂ ਹੈਗੀ ਪਰ ਆਪਾਂ ਕਿੰਨਾ ਧੱਕਾ ਕਰਦੇ ਆ ਤੇ ਜ਼ਰੂਰ ਤੋਂ ਜ਼ਰੂਰ ਆ ਵੀ એનર્ਜੀ ਡਰਿੰਕਾਂ ਤੋਂ ਤਾਂ ਬਸ ਅੱਜ ਤੋਂ ਇਹ ਕਰ ਦੋ ਵੀ ਆਹ ਵੀਡੀਓ 'ਚ ਜੇ ਤੁਸੀਂ ਹੋਰ ਕੋਈ ਸਟੈਪ ਨਹੀਂ ਲੈਣਾ ਇੱਕ ਵੀ ਨਹੀਂ ਲਾ ਲਓ ਵੀ ਮੈਂ એનਰਜੀ ਡਰਿੰਕ ਨੂੰ ਨਾ ਹੱਥ ਲਾਉਣਾ ਨਾ ਆਪ ਦੇ ਆਲੇ-ਦਾਲ ਕਿਸੇ ਨੂੰ ਲਾਉਣ ਦੇਣਾ ਮੈਂ ਲੈਕੀ ਨਹੀਂ ਆਉਣਾ ਘਰੇ એનਰਜੀ ਡਰਿੰਕ ਛੱਡੋ ਜੀ ਕੋਕ ਸ਼ੋਕ ਨੂੰ ਵੀ ਸਸਰੀ ਕਾਲ ਬਲਾਓ ਮਿਸਾਲ ਜਿਆਦਾ ਤੋਂ ਜਿਆਦਾ ਇੱਕ ਵਾਰੀ ਕਿਤੇ ਕੋਕ ਪੀਣਾ ਆਦਰਵਾਇਜ਼ ਨਹੀਂ ਕਿਉਂਕਿ ਇਹ ਵੀ ਮੈਂ 2016-17 ਜੀ ਮੈਂ ਡਿਸਾਈਡ ਕੀਤਾ ਸੀ ਵੀ ਛੱਡ ਜਾ ਰਹੇ ਚ ਕੀ ਹੈ ਉਹੀ ਬਿਨਾ ਮਤਲਬ ਹੀ ਗੈਸ ਜੀ ਦਾ ਸਵਾਦ ਲੈਣ ਨੂੰ ਛੱਡੋ ਬਰੇ ਪਾਣੀ ਪੀਲਾ ਕਰੋ ਛੱਟਾ ਅਗਲਾ ਪੁਆਇੰਟ ਹੀ ਉਹੀ ਆ ਗਿਆ ਪ੍ਰੋਸੈਸਡ ਮੀਟ ਪ੍ਰੋਸੈਸਡ ਮੀਟ ਆ ਜਿਹੜਾ ਨਾ ਇਹ ਜਿਹੜੇ ਸੌਸੇਜ ਨੇ ਜਿਹੜੇ ਹੈਮ ਨੇ ਜਿਹੜੇ ਬੀਫ ਜਰਕੀ ਇਹ ਸਾਰੀਆਂ ਚੀਜ਼ਾਂ ਹਨਾ ਹੁਣ ਮੈਂ ਆਪ ਦਾ ਵੈਜੀਟੇਰੀਅਨ ਆ ਪਰ ਮੈਨੂੰ ਸਾਰਾ ਕੁਝ ਦਿਖਦਾ ਮੇਰੇ ਅੱਲ ਵਾਲੇ ਹੁਣ ਇਹੀ ਚੀਜ਼ਾਂ ਵੀਗਨ ਚ ਵੀ ਆ ਗਈਆਂ ਉਹ ਕਹਿੰਦੇ ਨੇ ਕਿ ਵੀ ਇਹ ਸੋਇਆ ਆਲਾ ਮੀਟ ਵਰਗਾ ਹੁੰਦਾ ਉਹ ਵੀ ਇਹ ਖਾ ਲੋ ਉਹ ਵੀ ਚੀਜ਼ ਉਹੀ ਹੈ ਤਾਂ ਇਹ ਸਾਰਾ ਕੁਝ ਆ ਜਿਹੜਾ ਹਨਾ ਤਾਂ ਇਹ ਤੋਂ ਤਾਂ ਜ਼ਰੂਰ ਤੋਂ ਜ਼ਰੂਰ ਬਚੋ ਕਿਉਂਕਿ ਇਹ ਤਾਂ ਪੱਕਾ ਹੀ ਤੁਹਾਨੂੰ ਗਾਰੰਟੀ ਆ ਵੀ ਇੰਨਾ ਕੈਮੀਕਲ ਜਿਹੜੇ ਇਹਦੇ ਬਜਦੀ ਦਾ ਪ੍ਰੋਸੈਸ ਹੋਇਆ ਜਿਹੜੇ ਪ੍ਰੋਸੈਸ ਇਹਨੂੰ ਯੂਜ਼ ਕੀਤੇ ਨੇ ਬਣਾਉਣ ਵਾਸਤੇ ਹਨਾ ਉਹਨਾਂ ਨੇ ਸਟੱਡੀਜ਼ ਨੇ ਵੀ ਦੱਸਿਆ ਵੀ ਇਸ ਦੇ ਕਾਰਨ ਨੇ ਜਿਹੜੇ ਹਨਾ ਵੀ ਜਿਹੜੇ ਇਹਦੇ ਵਿੱਚ ਫੈਟ ਨੇ, ਟ੍ਰਾਂਸ ਫੈਟਸ ਨੇ ਜਾਂ ਸੈਚੂਰੇਟਿਡ ਫੈਟਸ ਨੇ ਜਿਹੜੇ ਪ੍ਰੋਸੈਸਿੰਗ ਦੇ ਵਿੱਚ ਆ ਰਹੇ ਨੇ ਉਹ ਤੁਸੀਂ ਜੇ ਕੰਜ਼ਿਊਮ ਕਰੋਗੇ ਤਾਂ ਤੁਹਾਡੀ ਸਿਹਤ ਵਾਸਤੇ ਉਹ ਮਾੜੇ ਹੀ ਨੇ। ਤਾਂ ਫਰੋਜ਼ਨ ਤੇ ਪ੍ਰੋਸੈਸਡ ਮਾਣ ਜਿਹੜਾ ਉਹ ਤਾਂ ਨਾ ਹੀ ਖਾਓ। ਤੇ ਜਿਹੜੇ ਤੁਸੀਂ ਮੀਟ ਖਾਣੇ ਹੋ ਹਨਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਸਹੀ ਚੀਜ਼ ਲੈ ਰਹੇ ਹੋ। ਤੇ ਜਿਹੜੇ ਮੇਰੇ ਵਰਗੇ ਵੈਜੀਟੇਰੀਅਨ ਨੇ ਅੱਜਕੱਲ ਵਿਗਨ ਦੇ ਐਕਸਾਈਟਿਡ ਹੋਏ ਆ ਵੀ ਵਿਗਨ ਸਮਾਨ ਬਹੁਤ ਆ ਗਿਆ। ਵੀ ਪਲਾਂਟ ਬੇਸ ਪਲਾਂਟ ਬੇਸ ਪਲਾਂਟ ਬੇਸ ਬਹੁਤ ਆ ਗਿਆ ਤਾਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਵੀ ਇਹ ਪਲਾਂਟ ਬੇਸ ਕਿੰਨੀਆਂ ਮਸ਼ੀਨਾਂ ਥਾਂ ਲੰਘ ਕੇ ਐਵੇਂ ਬਣਿਆ ਕੀ ਆਪਾਂ ਨੂੰ ਜ਼ਰੂਰੀ ਆਉਣੀ ਹੈ ਮਸ਼ੀਨਾਂ ਵਿੱਚ ਲੰਗੀ ਚੀਜ਼ ਖਾਣੀ ਕੀ ਉਹ ਆਪਣੀ ਸਿਹਤ ਲਈ ਚੰਗੀ ਹੋ ਜਾਂ ਜੋ ਅਨਾਜ ਆਪਣਾ ਸਾਹਮਣੇ ਉਗ ਰਿਹਾ ਹੈ ਜਿਵੇਂ ਆਪਾਂ ਇੰਨੇ ਸੌ ਸਾਲਾਂ ਤੋਂ ਆਮ ਰੋਟੀ ਪਾਣੀ ਖਾਂਦੇ ਆ ਰਹੇ ਹਾਂ ਉਹ ਠੀਕ ਆ ਇਹ ਤੁਹਾਡੇ ਥੌਟ ਨੇ ਅੱਜ ਅੱਜ ਦੀ ਵੀਡੀਓ ਦੇ ਵਿੱਚ ਜੋ ਮੈਂ ਤੁਹਾਨੂੰ ਗੱਲਾਂ ਕਹੀਆਂ ਨੇਗੀਆਂ ਇਹ ਤੁਸੀਂ ਸੋਚਣੀਆਂ ਮੈਂ ਸਿਰਫ ਤੁਹਾਨੂੰ ਦੱਸ ਸਕਦਾ ਮਰਜ਼ੀ ਤੁਹਾਡੀ ਆ ਵੇ ਤੁਸੀਂ ਇਹ ਚੀਜ਼ਾਂ ਆਪਣੀ ਲਾਈਫ ਚ ਬਦਲਣੀਆਂ ਨੇ ਜਾਂ ਨਹੀਂ ਬਦਲਣੀਆਂ ਚੱਲੀ ਜਾਓਗੇ ਇੱਕਦਮ ਤੁਹਾਨੂੰ ਕੋਈ ਫਰਕ ਨਹੀਂ ਦੇਖਣਾ ਲਾਈਫ ਦੀ ਐਕਸਪੈਕਟੈਂਸੀ ਵੱਧ ਚੁੱਕੀ ਆ ਪਹਿਲਾਂ 60 ਕੇ ਸਾਲ 65 ਸਾਲ ਉਮਰ ਹੁੰਦੀ ਸੀ ਹੁਣ 70 80 ਸਾਲ ਆਮ ਹੀ ਹੋ ਗਏ ਹੈਨਾ ਪਰ ਉਹ ਜਿਹੜੇ ਮਗਰਲੇ 10 15 ਸਾਲ ਨੇ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਕਿਵੇਂ ਲਗਾਉਣੇ ਨੇ ਜੇ ਤੁਸੀਂ ਹੁਣ ਚੰਗੇ ਖਾਣੇ ਖਾਓਗੇ ਐਕਸਰਸਾਈਜ਼ ਕਰੋਗੇ ਆਪਣੀ ਸਿਹਤ ਦਾ ਧਿਆਨ ਰੱਖੋਗੇ ਤਾਂ ਜਿਹੜਾ 70 ਤੋਂ 80 ਵਾਲੀ ਉਮਰ ਹੈ ਨਾ ਉਹ ਵੀ ਸੋਹਣੀ ਲੰਘੂਗੀ ਨਹੀਂ 65 ਤੋਂ ਬਾਅਦ ਫਿਰ ਮੰਜੇ ਤੇ ਬਹਿ ਕੇ ਦਵਾਈਆਂ ਹੀ ਲੈਣੀਆਂ ਹਣੇ ਤਾਂ ਘਰ ਦੇ ਗਾਲਾਂ ਕੱਢਦੇ ਨੇ ਨਾਲੇ ਆਫਤਾਂਗ ਹੁੰਦਾ ਬੰਦਾ ਨਾ ਬੰਦੇ ਜਾਨ ਛੁੱਟਦੀ ਆ ਠੀਕ ਆ ਤਾਂ ਜ਼ਰੂਰੀ ਆ ਐਕਸਰਸਾਈਜ਼ ਕਰੋ ਚੰਗੇ ਖਾਣੇ ਖਾਓ ਮੈਡੀਟੇਸ਼ਨ ਕਰੋ ਮਾਈਂਡਫੁਲਨੈਸ ਕਰੋ ਸੇਵਾ ਕਰੋ ਦਿਮਾਗ ਨੂੰ ਸ਼ਾਂਤ ਰੱਖੋ ਤੇ ਆਪਦੇ ਆਣਦੇ ਵਾਲੇ ਵੀ ਸਾਰਿਆਂ ਨੂੰ ਇਹੀ ਸਿਖਿਆ ਦੋ ਮੈਂ ਤੁਹਾਨੂੰ ਮਿਲਦਾ ਅਗਲੀ ਵੀਡੀਓ ਚ ਬਹੁਤ ਛੇਤੀ